ਠੇਕ ਦਿੰਦੇ ਆ ਤੇ ਟੈਚੀ ਸਾਰਿਆਂ ਕੋਲ ਦੋ ਦੋ ਆ ਖੜਾ ਸਾਡੇ ਹੋਟਲ ਵਾਲਾ ਬੰਦਾ ਅੱਧੀ ਰਾਤ ਨੂੰ ਪਹੁੰਚੇ ਆ ਅਸੀਂ ਦੇਖਦੇ ਹੁਣ ਕੀ ਹੁੰਦਾ ਉੱਥੇ ਜਾ ਕੇ ਪਰ ਹੋਪਫੁਲੀ ਘੈਂਟ ਹੋਣਾ ਸਾਰਾ ਕੁਝ ਹਾਂਜੀ ਹਾਂਜੀ ਪੂਰਾ ਬਈ ਸੱਚੀ ਭਾਜੀ ਤੁਹਾਡੀ ਵੈਡਿੰਗ ਵੀ ਪੂਰੀ ਇੰਜੋਏ ਕੀਤੀ ਤੇ ਤੁਸੀਂ ਘੁਮਾਇਆ ਵੀ ਬਹੁਤ ਵਧੀਆ ਵਿਆਹ ਵੀ ਦੇਖ ਲਿਆ ਗੋਰਿਆਂ ਵਾਲਾ ਵਿਆਹ ਵੀ ਦੇਖ ਲਿਆ ਤੇ ਇੰਡੀਅਨ ਵਿਆਹ ਥਾਈਲੈਂਡ ਚ ਦੇਖ ਲਿਆ ਬਿਲਕੁਲ ਸਾਰਿਆਂ ਕੋਲ ਦੋ ਦੋ ਆ ਤੇ ਇੱਥੇ ਟੈਚੀਆਂ ਦਾ ਕਮਰਾ ਪਿਆ ਆ ਹਰੇਕ ਨੇ ਦੋ ਦੋ ਟੈਚੀ ਚੱਕੇ ਆ ਆਪਣੇ ਭੇਕ ਕੇ ਪੰਜ ਸੌ ਇੱਥੇ ਤੱਕ ਲੱਗਾ ਤੇ 20 ਰੁਪਏ ਇੱਥੇ ਲਏ ਇਹਨਾਂ ਨੇ 20 ਇੱਧਰ ਲਏ ਥਾਈਲੈਂਡ ਵਾਲੇ ਅਤੇ ਇੰਡੀਆ ਦੇ ਹੋ ਗਏ ਨੀਅਰ ਅਬਾਊਟ 45 ਤੋਂ 50 ਰੁਪਈਏ ਅਤੇ 550 ਦਾ ਹੋ ਗਿਆ 1100 ਖੜਾ ਸਾਡੇ ਹੋਟਲ ਵਾਲਾ ਬੰਦਾ ਰਿਲੈਕਸ ਵੀ ਜਗ੍ਹਾ
ਅੱਧੀ ਰਾਤ ਨੂੰ ਪਹੁੰਚੇ ਆ ਅਸੀਂ ਫੀਫੀ ਆਈਲੈਂਡ ਤੇ ਬੋਟ ਵਾਲੇ ਨੇ ਬੜਾ ਤੰਗ ਕੀਤਾ ਬਟ ਫਾਈਨਲੀ ਪਹੁੰਚ ਗਏ। ਦਿਨੇ ਆਏ ਸੀਗੇ ਪਰ ਰਾਤ ਪੈ ਗਈ ਆਉਂਦੇ ਆਉਂਦੇ। ਆਈਡੀ ਪ੍ਰੂਫ ਜਮ੍ਹਾਂ ਕਰਾਤੇ ਸਾਰਿਆਂ ਨੇ। ਗੁੱਸੇ ਹੋ ਗਿਆ ਸੀ ਭਰਾ ਸਾਡਾ ਬਟ ਹੁਣ ਥੋੜ੍ਹੇ ਜਿਹਾ ਮਾਹੌਲ ਸੈੱਟ ਆਇਆ। ਬੜੀ ਘੈਂਟ ਆ ਤਕਰੀਬਨ ਸਾਰੇ ਗੋਰੇ ਹੀ ਆ ਇੰਡੀਅਨ ਮੈਨੂੰ ਲੱਗਦਾ ਅਸੀਂ ਹੀ ਹਾਂ ਇਕੱਲੇ। ਅਤੇ ਆਹ ਬਾਰ ਏਰੀਆ ਆ ਰਾਤ ਦਾ, ਆਹ ਵੀ ਬਾਰ ਆ। ਸਾਡੀ ਅਜੇ ਚੈੱਕ ਇਨ ਹੋਣੀ ਆ, ਚੈੱਕ ਇਨ ਹੁੰਦੇ ਬੜਾ ਟਾਈਮ ਲੱਗ ਗਿਆ। ਸਾਡੇ ਬੰਦੇ ਉਹ ਖੜੇ ਆ asking me, what do you think of Phuket? Lovely. Fifi. Oh, it's amazing. Beautiful. What I love Fifi. I love it. Same to when you're here. Oh, it's the best thing when you meet people on the beach randomly. You know, yeah. That's the best thing. And you're from Kidney, right? You're from Kidney. You can't kid the Kidney. One minute. You're from Kidney, you're from Manchester. How do you meet? Years ago. That's about right though, isn't it? Kidney and Manchester, yeah. You know. And we're the North. India is the best place. Amazing. The people, the cows, the top socks. The food is amazing. Busy, bro. So I just changed the whole holiday. I was like, let's just keep it.
ਲਓ ਜੀ ਆ ਕੰਗੋਰੀ 60 ਸਾਲਾਂ ਦੀ ਆ ਤੇ ਆਪਣੇ ਨਿਆਣਿਆਂ ਨਾਲ ਵੈਲੈਂਟਾਈਨ ਮਨਾਉਣ ਆਈ ਆ ਘਰ ਵਾਲੇ ਨਾਲ ਤੇ ਨਿਆਣਿਆਂ ਨਾਲ ਪੂਰਾ ਇੰਜੋਏ ਕਰ ਰਹੇ ਆ ਇੰਗਲੈਂਡ ਤੋਂ ਆ ਗੋਰੇ ਪਤਾ ਨੀ ਕੀ ਕੁਛ ਲੱਭਦੇ ਰਹਿੰਦੇ ਐਂਡ ਤੇ ਇਹਨਾਂ ਨੇ ਕੁਛ ਲੱਭ ਹੀ ਲਿਆ ਆ ਪਤਾ ਨੀ ਕੀ ਲੱਭੀ ਜਾਂਦੇ I'm from the UK but I live in Canada now. Oh, really? Yeah, man. ਲਓ ਜੀ ਆਪਾਂ ਖੜ੍ਹੇ ਹਾਂ ਪੀ ਪੀ ਰਿਲੈਕਸ ਬੀਚ ਰਿਜ਼ੋਰਟ ਦੇ ਵਿੱਚ ਬਹੁਤ ਘੈਂਟ ਰਿਜ਼ੋਰਟ ਆ ਉਹ ਉੱਥੇ ਕਮਰੇ ਆ ਅਤੇ ਇੱਧਰ ਸਮੁੰਦਰ ਆ ਅਤੇ ਫੈਮਿਲੀ ਸਾਰੀ ਇੰਜੋਏ ਕਰ ਰਹੀ ਆ ਸਵੇਰੇ ਸਵੇਰੇ ਕਹਿੰਦੇ ਇੱਥੋਂ ਸਵੇਰੇ ਸਵੇਰੇ ਫੋਟੋਆਂ ਖਿੱਚ ਲਿਓ ਜਲਦੀ ਜਲਦੀ ਅਤੇ ਟਾਈਮ ਨਾਲ ਹੀ ਨਿਕਲ ਜਾਣਾ ਕਿਉਂਕਿ ਬਾਅਦ 'ਚ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਆ ਅਤੇ ਸਾਂਭ ਨਹੀਂ ਹੁੰਦਾ ਸਾਰਾ ਕੁਛ ਬੰਦਾ ਕਮਲਾ ਹੋ ਜਾਂਦਾ ਇੱਥੇ ਧੁੱਪ 'ਚ ਅਤੇ ਪਰ ਰਿਜ਼ੋਰਟ ਬਹੁਤ ਸੋਹਣਾ ਆ ਐਕਸਪੈਂਸਿਵ ਜ਼ਰੂਰ ਆ ਬਟ ਇੱਕ ਜਾਂ ਦੋ ਦਿਨ ਲਈ ਠੀਕ ਆ ਇਸ ਤੋਂ ਜ਼ਿਆਦਾ ਨਹੀਂ ਬੰਦਾ ਇੱਥੇ ਰਹਿ ਸਕਦਾ ਐਕਸਪੈਂਸਿਵ ਹੈਗਾ ਬਟ ਇੱਥੇ ਬੰਦਾ ਬਾਕੀ ਰਿਲੈਕਸ ਬੀਚ ਰਿਜ਼ੋਰਟ ਆ ਅਤੇ ਹੋ ਜਾਂਦਾ ਬੰਦਾ ਰਿਲੈਕਸ ਬਾਅਦ 'ਚ ਫਿਰ ਉਨਾ ਹੀ ਟਾਇਰਡ ਹੋ ਜਾਂਦਾ ਆਉਣ ਜਾਣ 'ਚ ਇਹ ਹੈਗਾ ਆ ਇੱਕ ਆਈਲੈਂਡ ਅਸੀਂ ਫੁਕੈਟ ਤੋਂ ਲੈ ਕੇ ਫੈਰੀ ਫੜ ਕੇ ਬੋਟ ਲੈ ਕੇ ਇੱਥੇ ਪਹੁੰਚੇ ਆ ਇਹ ਆਖਰੀ ਦਿਨ ਆ ਇਸ ਤੋਂ ਬਾਅਦ ਅਸੀਂ ਅੱਗੇ ਚੱਲ ਜਾਣਾ ਅਸੀਂ ਇੱਥੋਂ ਜਾਣਾ ਆ ਕਰਾਬੀ ਆਈਲੈਂਡ ਜਾਣਾ ਤੁਸੀਂ ਭਾਜੀ ਮਾਮਾ ਹੁਣ ਸਾਰਿਆਂ ਨੇ ਜਾਣਾ ਵਾਪਸ ਫੁਕੈਟ ਨੂੰ ਫਿਰ ਇਸ ਤੋਂ ਬਾਅਦ ਹਨੀਮੂਨ ਸ਼ੁਰੂ ਹੋ ਜਾਣਾ ਭਾਜੀ ਦਾ ਹਨੀਮੂਨ ਨੀਅਰ ਅਬਾਊਟ ਇੱਕ ਮਹੀਨੇ ਦਾ ਆ ਘੁੰਮ ਫਿਰੂੰਗੇ ਅਸੀਂ ਇੱਥੋਂ ਅਸੀਂ ਚਾਂਗਮਾਈ ਨੂੰ ਜਾਣਾ ਆ ਘੁੰਮ ਫਿਰਨਾ ਬੈਂਕੋਕ ਜਾਣਾ ਕੰਬੋਡੀਆ ਜਾਣਾ ਘੁੰਮ ਫਿਰਨਾ ਬਹੁਤ ਇੰਜੋਏ ਕਰੂੰਗੇ ਲੇਕਿਨ ਆ ਕੇ ਦਿਨ ਫੈਮਿਲੀ ਦੇ ਨਾਲ ਅਸੀਂ ਬੀਚ ਦੇ ਉੱਤੇ ਫੀਸੀ ਪੈਰ ਦੇਖਣਾ ਚਾਹੁੰਦੇ ਸੀ ਸਾਫ ਜਿਹਾ ਪਾਣੀ ਰਿਲੈਕਸ ਹੋ ਕੇ ਬਹਿਣਾ ਚਾਹੁੰਦੇ ਤਾਂ ਇਸ ਤੋਂ ਬਾਅਦ ਸਾਰੇ ਜਣੇ ਵਿਛੜ ਰਹੇ ਆ ਕੋਈ ਇੰਗਲੈਂਡ ਕੋਈ ਕੈਨੇਡਾ ਤੇ ਸਾਡੇ ਵਰਗੇ ਇੰਡੀਆ ਹਾਂਜੀ ਤੁਸੀਂ ਇੰਡੀਆ ਬਾਜੀ ਵੀ ਇੰਡੀਆ ਚੱਲੇ ਪੈਂਜੀ ਵੀ ਹੁਣ ਬਾਕੀ ਸਾਰੇ ਹੁਣ ਲੈਬਨਨ ਜਾਣਾ ਕੈਨੇਡ ਜਾਣਾ ਯੂਕੇ ਜਾਣਾ ਆਸਟ੍ਰੇਲੀਆ ਨੂੰ ਜਾਣਾ ਦੁਬਈ ਨੂੰ ਜਾਣਾ ਸਾਰਿਆਂ ਨੂੰ ਵਾਪਸ ਜਾਣਾ ਤੇ ਭਾਜੀ ਲਾਸਟ ਵਿੱਚ ਫੇਰ ਤੁਹਾਡਾ ਥੈਂਕ ਯੂ ਤੁਸੀਂ ਆ ਇੰਜੋਏ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਕੱਲੇ ਕੱਲਾ ਬੰਦਾ ਇੰਜੋਏ ਕਰ ਵੀ ਨਹੀਂ ਸਕਦਾ ਭਾਜੀ ਜੋ ਫੈਮਿਲੀ ਨਾਲ ਮਜ਼ਾ ਉਹ ਫੈਮਿਲੀ ਨਾਲ ਹੀ ਆ ਤੇ ਮੁੜ ਕੇ ਟਾਈਮ ਨਹੀਂ ਹੋਵੇ ਯਾਦਾਂ ਹੀ ਰਹਿੰਦੀਆਂ ਸਹੀ ਗੱਲ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਡਾ ਤੁਸੀਂ